ਇਸ ਪ੍ਰੋਗਰਾਮ ਦੇ ਪ੍ਰਾਯੋਜਕ ਸੂਫੀ ਜੱਟ ਰਿਕਾਰਡਸ ਤੇ ਰਾਜੇਸ਼ ਰਾਜਾ ਦੀ ਪੇਸ਼ਕਸ਼ ਜੀ ਐਸ ਕਾਲਾ ਦੇ ਨਵੇਂ ਗੀਤ ਤੂੰ ਹੀ ਮੇਰੀ ਜ਼ਿੰਦਗੀ ਤੇ ਟੀਚਰ ਠੇਕੇ ਤੇ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਰਾਜੇਸ਼ ਰਾਜਾ ਔਰ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਧੜਕਨ ਪੰਜਾਬ ਦੀ। ਪਿਆਰੇ ਦੋਸਤੋ, ਕਹਿੰਦੇ ਨੇ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਔਰ ਸ਼ੌਂਕ ਦੀ ਖਾਤਰ ਬਹੁਤ ਵੱਡੇ ਵੱਡੇ ਰਿਸਕ ਵੀ ਲੈਣੇ ਪੈ ਜਾਂਦੇ ਨੇ। ਅੱਜ ਮੈਂ ਇੱਕ ਐਸੀ ਹੀ ਪਰਸਨੈਲਿਟੀ ਨਾਲ ਤੁਹਾਡੀ ਗੱਲਬਾਤ ਕਰਵਾਉਣ ਜਾ ਰਿਹਾ ਜੋ ਕਿ ਸ਼ੌਂਕੀਆ ਤੌਰ 'ਤੇ ਲਿਖਦੇ ਨੇ, ਗਾਉਂਦੇ ਨੇ, ਪਰ ਪ੍ਰੋਫੈਸ਼ਨਲੀ ਟੀਚਰ ਨੇ। ਅਤੇ ਆਓ ਮਿਲ ਕੇ ਸਭ ਤੋਂ ਪਹਿਲਾਂ ਇਹਨਾਂ ਦਾ ਸਵਾਗਤ ਕਰਦੇ ਹਾਂ। ਗੁਰਮੁਖ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਸਟੂਡੀਓ 'ਚ। ਧੰਨਵਾਦ ਰਜੇਸ਼ ਜੀ। ਔਰ ਪਿਆਰੇ ਦੋਸਤੋ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਸ਼ੌਂਕ ਦੀ ਗੱਲ ਦੱਸਣਾ ਚਾਹਾਂਗਾ ਕਿ ਨਾ ਤਾਂ ਸਾਡੇ ਪਰਿਵਾਰ ਦੇ ਵਿੱਚ ਕਦੀ ਕਿਸੇ ਨੂੰ ਮਿਊਜ਼ਿਕ ਦਾ ਸ਼ੌਂਕ ਸੀ, ਨਾ ਕੋਈ ਲਿਖਦਾ ਸੀ, ਨਾ ਕੋਈ ਗਾਉਂਦਾ ਸੀ। ਔਰ ਮੈਨੂੰ ਪੜ੍ਹਾਈ ਦੌਰਾਨ ਵੀ ਕੋਈ ਮਿਊਜ਼ਿਕ ਨੂੰ ਸਿੱਖਣ ਦਾ ਮੌਕਾ ਨਹੀਂ ਮਿਲਿਆ, ਪਰ ਫਿਰ ਵੀ ਮੇਰੇ ਅੰਦਰ ਇੱਕ ਲਗਨ ਸੀ, ਇੱਕ ਸ਼ੌਂਕ ਸੀ ਕਿ ਮੈਂ ਲਿਖਣਾ ਆ ਔਰ ਗਾਣਾ ਆ। ਔਰ ਉਸੇ ਸ਼ੌਂਕ ਨੂੰ ਅੱਜ ਮੈਂ ਲੈ ਕੇ ਤੁਹਾਡੇ ਰੂਬਰੂ ਹੋਇਆ ਹਾਂ। ਉਮੀਦ ਹੈ ਕਿ ਤੁਹਾਨੂੰ ਪਸੰਦ ਆਏਗਾ। ਰੱਖਿਆ ਹੋਇਆ ਠੇਕੇ ਤੇ, 5000 ਤੋਂ ਘੱਟ ਹੀ ਮਿਲਦੇ ਗਿਣ ਕੇ ਵੇਖੇ ਤੇ। ਜਿੰਨਾ ਖਰਚਾ ਦੱਸਦੀ ਮੈਥੋਂ ਹੋਣਾ ਲੱਗਦਾ ਨਾ, ਹੋਣਾ ਲੱਗਦਾ ਨਾ। ਇਸ ਹਿਸਾਬ ਨਾਲ ਆਪਣਾ ਵਿਆਹ ਹੋਣਾ ਹੀ ਲੱਗਦਾ ਨਾ, ਇਸ ਹਿਸਾਬ ਨਾਲ ਆਪਣਾ ਵਿਆਹ ਹੋਣਾ ਹੀ ਲੱਗਦਾ ਨਾ। ਗੁਰਮੁਖ ਜੀ, ਇਹ ਗਾਣਾ ਲਿਖਣ ਦਾ ਆਈਡੀਆ ਤੁਹਾਨੂੰ ਕਿਸ ਤਰ੍ਹਾਂ ਡਿਵੈਲਪ ਹੋਇਆ? ਪਰ ਜਿੱਥੋਂ ਤੱਕ ਮੈਨੂੰ ਲੱਗਦਾ ਕਿ ਇਹ ਆਪਣੀ ਹੀ ਲਾਈਫ 'ਤੇ ਕੁਛ ਲਿਖ ਦਿੱਤਾ ਹੈ। ਜੀ ਬਿਲਕੁਲ ਰਜੇਸ਼ ਜੀ, ਮੈਂ ਦੱਸਣਾ ਚਾਹਾਂਗਾ ਕਿ ਇਹ ਗਾਣਾ ਮੇਰੀ ਜ਼ਿੰਦਗੀ ਦੇ ਬਿਲਕੁਲ ਨੇੜੇ ਆ ਔਰ ਮੇਰੀ ਹੱਡ ਬੀਤੀ ਆ ਜੋ ਮੈਂ ਹੰਢਾਇਆ ਹੋਇਆ। ਕਿ 2008 ਦੇ ਵਿੱਚ ਸਾਡੀ ਭਰਤੀ ਜਿਹੜੀ ਸੀ ਟੀਚਰਾਂ ਦੀ, ਉਹ ਠੇਕੇ ਦੇ ਆਧਾਰ 'ਤੇ ਹੋਈ ਸੀ। ਉਹਦੇ ਵਿੱਚ 4500 ਰੁਪਈਆ ਤਨਖਾਹ ਮਿਲਦੀ ਸੀ ਅਤੇ ਜਦੋਂ ਮੇਰੇ ਘਰ ਵੀ ਫਿਰ ਰਿਸ਼ਤੇ ਦੀ ਗੱਲ ਚੱਲਦੀ ਸੀ ਅਤੇ ਵਿਚੋਲੇ ਵੱਲੋਂ ਇਹ ਪੁੱਛਿਆ ਜਾਂਦਾ ਸੀ, ਭਾਈ ਤੁਸੀਂ ਤਾਂ ਠੇਕੇ 'ਤੇ ਰੱਖੇ ਹੋਏ ਆ, ਤੁਹਾਨੂੰ ਕਿੰਨੀ ਕੁ ਤਨਖਾਹ ਮਿਲਦੀ ਆ? ਅਤੇ ਮੈਂ ਫਿਰ ਦੱਸਦਾ ਸੀ ਕਿ 4500 ਰੁਪਈਆ ਤਨਖਾਹ ਮਿਲਦੀ ਆ ਜੀ। ਅਤੇ ਫਿਰ ਉਹ ਗੱਲ ਜਿਹੜੀ ਸੀ ਉਹ ਚਲਦੀ ਚਲਦੀ ਉੱਥੇ ਹੀ ਠੱਪ ਹੋ ਕੇ ਰਹਿ ਜਾਂਦੀ ਸੀ। ਅਤੇ ਫਿਰ ਮੈਨੂੰ ਵੀ ਇਹ ਅਹਿਸਾਸ ਜਿਹਾ ਹੋਣਾ ਸ਼ੁਰੂ ਹੋ ਗਿਆ ਕਿ ਜਾਂ ਤਾਂ ਤਨਖਾਹ ਵਧੇਗੀ ਤਾਂ ਫਿਰ ਹੀ ਆਪਣਾ ਵਿਆਹ ਜਿਹੜਾ ਹੋ ਸਕਦਾ। ਮੇਰੇ ਹੈ ਨਹੀਂ ਤੇ ਖੇਤਾਂ ਵੱਲ ਜਾਣਾ ਕੀ, ਮੈਂ ਵਿੱਚ ਪ੍ਰਾਇਮਰੀ ਟੀਚਰ ਹਾਂ, ਕਿਸੇ ਟਿਊਸ਼ਨ ਆਉਣਾ ਕੀ? ਟਿਊਸ਼ਨ ਦਾ ਕੰਮ ਉਂਝ ਵੀ ਮੈਨੂੰ ਸੋਹਣਾ ਲੱਗਦਾ ਨਾ, ਇਸ ਹਿਸਾਬ ਨਾਲ ਆਪਣਾ ਵਿਆਹ ਤੇ ਹੋਣਾ ਹੀ ਲੱਗਦਾ ਨਾ, ਇਸ ਹਿਸਾਬ ਨਾਲ ਆਪਣਾ ਵਿਆਹ ਤੇ ਹੋਣਾ ਹੀ ਲੱਗਦਾ ਨਾ। ਜੀਐਸ ਕਾਲਾ ਦਾ ਨਵਾਂ ਸੁਪਰਹਿੱਟ ਗੀਤ ਟੀਚਰ ਠੇਕੇ ਤੇ। ਪ੍ਰੋਗਰਾਮਾਂ ਲਈ ਸੰਪਰਕ ਕਰੋ 98-157-62-425, 98-157-62-425, 98-157-62-425। ਮਿਊਜ਼ਿਕ ਲੈਬ ਸਟੂਡੀਓ ਲੁਧਿਆਣਾ, ਸੰਗੀਤਕਾਰ ਰਾਜੇਸ਼ ਰਾਜਾ। ਰਿਕਾਰਡਿੰਗ ਲਈ ਸੰਪਰਕ ਕਰੋ 99-148-12-365, 99-148-12-365, 99-148-12-365। ਦੋਸਤੋ, ਮੈਂ ਦੱਸਣਾ ਚਾਹਾਂਗਾ ਇਸ ਪ੍ਰੋਜੈਕਟ ਨੂੰ ਅੱਜ ਤੋਂ ਤਕਰੀਬਨ 10 ਸਾਲ ਪਹਿਲਾਂ ਤਿਆਰ ਕੀਤਾ ਗਿਆ ਸੀਗਾ ਔਰ ਮੈਨੂੰ ਵੀ ਬਹੁਤ ਉਮੀਦਾਂ ਸੀਗੀਆਂ ਇਸ ਪ੍ਰੋਜੈਕਟ ਤੋਂ, ਕਿਉਂਕਿ ਇਸ ਦਾ ਮਿਊਜ਼ਿਕ ਮੈਂ ਖੁਦ ਕੀਤਾ ਸੀਗਾ ਔਰ ਇਸ ਗਾਣੇ ਨੂੰ ਗੁਰਮੁਖ ਜੀ ਨਾਲ ਗਾਇਆ ਹੈ ਬੋਂਬੇ ਫਿਲਮ ਇੰਡਸਟਰੀ ਦੇ ਪਲੇਬੈਕ ਸਿੰਗਰ ਸਾਧਨਾ ਸਰਗਮ ਜੀ ਨੇ ਇਹਨਾਂ ਦੇ ਨਾਲ, ਅਤੇ ਇਹ ਪ੍ਰੋਜੈਕਟ ਵਿੱਚ ਰੁਕ ਗਿਆ। ਗੁਰਮੁਖ ਜੀ, ਕੀ ਕਾਰਨ ਸੀਗੇ ਜੋ ਪ੍ਰੋਜੈਕਟ ਇੰਨਾ ਡਿਲੇ ਹੋਇਆ? ਜੀ ਪਿਆਰੇ ਦਰਸ਼ਕੋ, ਮੈਂ ਦੱਸਣਾ ਚਾਹਾਂਗਾ ਕਿ ਮੈਂ ਆਪਣੇ ਸ਼ੌਂਕ ਦੇ ਵਿੱਚ ਇਹ ਪ੍ਰੋਜੈਕਟ ਨੂੰ ਸ਼ੁਰੂ ਤਾਂ ਕਰ ਲਿਆ ਸੀ, ਲੇਕਿਨ ਉਸ ਵੇਲੇ ਤੁਹਾਡੇ ਰੂਬਰੂ ਕਰਨ ਵਾਸਤੇ ਮੇਰੀਆਂ ਫਾਈਨੈਂਸ਼ੀਅਲ ਕੰਡੀਸ਼ਨ ਜਿਹੜੀਆਂ ਸੀ ਉਹ ਬਹੁਤ ਕਮਜ਼ੋਰ ਸੀ। ਅਤੇ ਹੁਣ ਮੈਂ ਇਹ ਪ੍ਰੋਜੈਕਟ ਤਿਆਰ ਕਰਵਾ ਲਿਆ ਔਰ ਤੁਹਾਡੇ ਰੂਬਰੂ ਇਹ ਕਰਨ ਜਾ ਰਿਹਾ। ਉਮੀਦ ਕਰਦਾ ਕਿ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਏਗਾ।
ਚੰਗਾ ਜਹਾਨ ਨੀ। ਪਿਆਰੇ ਦੋਸਤੋ, ਮੈਂ ਦੱਸਣਾ ਚਾਹਾਂਗਾ, ਮਿਊਜ਼ਿਕ ਇੰਡਸਟਰੀ 'ਚ ਆਉਣ ਤੋਂ ਪਹਿਲਾਂ ਮੈਂ ਵੀ 7 ਸਾਲ ਬੱਚਿਆਂ ਨੂੰ ਪੜ੍ਹਾਇਆ ਅਤੇ ਗੁਰਮੁਖ ਜੀ, ਮੈਂ ਚਾਹਾਂਗਾ ਆਪਣੇ ਪਿਛੋਕੜ ਔਰ ਆਪਣੀ ਐਜੂਕੇਸ਼ਨ ਦੇ ਬਾਰੇ ਵੀ ਸਾਨੂੰ ਥੋੜ੍ਹੀ ਜਿਹੀ ਨੌਲੇਜ ਸ਼ੇਅਰ ਕਰੋ ਜੀ। ਪਿਆਰੇ ਦਰਸ਼ਕੋ, ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਹਰਿਆਣਾ ਭੁੰਗਾ ਕਸਬਾ ਦੇ ਨਜ਼ਦੀਕ ਮੇਰਾ ਛੋਟਾ ਜਿਹਾ ਪਿੰਡ ਹੈ ਰੋੜਾਂ। ਉੱਥੋਂ ਦਾ ਮੈਂ ਰਹਿਣ ਵਾਲਾ ਹਾਂ ਅਤੇ ਜਿੱਥੋਂ ਤੱਕ ਪੜ੍ਹਾਈ ਦੀ ਗੱਲ ਹੈ, ਮੈਂ MA ਇਕਨੋਮਿਕਸ, MA ਪੰਜਾਬੀ ਅਤੇ BEd ਕਰਨ ਤੋਂ ਬਾਅਦ ਸਰਕਾਰੀ ਸਕੂਲ ਦੇ ਵਿੱਚ ਅਧਿਆਪਕ ਵਜੋਂ ਸੇਵਾ ਕਰ ਰਿਹਾ ਹਾਂ ਅਤੇ ਨਾਲ ਦੀ ਨਾਲ ਮੈਂ ਆਪਣੇ ਮਿਊਜ਼ਿਕ ਦੇ ਸ਼ੌਂਕ ਨੂੰ ਵੀ ਕਾਇਮ ਰੱਖਿਆ ਹੋਇਆ ਹੈ। ਤੇਰੇ ਨਾਲ ਨੀ, ਤੇਰੇ ਬਿਨਾ ਕੀਏ ਰੋੜਾਂ ਵਾਲੇ ਦਾ ਵੀ ਹਾਲ ਨੀ। ਮਰ ਜਾਂਗੇ ਤੇਰੇ ਬਾਜੋਂ, ਤੇਰੇ ਚ ਪ੍ਰਾਣ ਨੀ, ਤੇਰੇ ਨਾਲ ਸਾਰਾ ਮੇਰਾ ਵਸਦਾ ਜਹਾਨ ਨੀ। ਤੇਰੇ ਨਾਲ ਸਾਰਾ ਮੇਰਾ ਵਸਦਾ ਜਹਾਨ ਨੀ। ਗੁਰਮੁਖ ਜੀ, ਮੈਂ ਪੁੱਛਣਾ ਚਾਹਾਂਗਾ ਕਿ ਹਰ ਇੱਕ ਸਫਲ ਇਨਸਾਨ ਦੀ ਜ਼ਿੰਦਗੀ ਦੇ ਪਿੱਛੇ ਬਹੁਤ ਸਾਰੇ ਆਸ਼ੀਰਵਾਦ ਔਰ ਸਹਿਯੋਗ ਜੁੜੇ ਹੁੰਦੇ ਨੇ ਅਤੇ ਇਸ ਦੇ ਬਾਰੇ 'ਚ ਕੀ ਕਹਿਣਾ ਚਾਹੋਗੇ ਜੀ? ਸਭ ਤੋਂ ਵੱਡਾ ਸਹਿਯੋਗ ਤਾਂ ਉਸ ਪਰਮਾਤਮਾ ਦਾ ਜੀ, ਜਿਨ੍ਹਾਂ ਨੇ ਕਲਾ ਬਖਸ਼ੀ ਗਾਇਕੀ ਦੀ, ਔਰ ਉਸ ਤੋਂ ਬਾਅਦ ਮੇਰੇ ਮਾਤਾ ਪਿਤਾ ਦਾ ਬਹੁਤ ਸਹਿਯੋਗ ਆ, ਜਿਨ੍ਹਾਂ ਨੇ ਮੈਨੂੰ ਪੜ੍ਹਾ ਲਿਖਾ ਕੇ ਇਸ ਕਾਬਲ ਬਣਾਇਆ ਅਤੇ ਮੇਰੀ ਕਲਾ ਨੂੰ ਨਿਖਾਰਨ ਦੇ ਵਿੱਚ ਮਦਦ ਕੀਤੀ। ਉਸ ਤੋਂ ਬਾਅਦ ਮੇਰੇ ਭਰਾ, ਮੇਰੀ ਵਾਈਫ ਦਾ ਬਹੁਤ ਯੋਗਦਾਨ ਆ ਮੇਰੀ ਕਲਾ ਨੂੰ ਅੱਗੇ ਲਿਆਉਣ ਦੇ ਵਿੱਚ। ਅਤੇ ਰਜੇਸ਼ ਜੀ, ਜੇ ਮੈਂ ਗੱਲ ਕਰਾਂ, ਤੁਹਾਡਾ ਵੀ ਬਹੁਤ ਬਹੁਤ ਥੈਂਕਸ ਆ, ਦਿਲੋਂ ਧੰਨਵਾਦ ਆ ਕਿ ਜਿਨ੍ਹਾਂ ਨੇ ਮੇਰੀ ਕਲਾ ਨੂੰ ਨਿਖਾਰਨ ਦੇ ਵਿੱਚ ਮਦਦ ਕੀਤੀ ਆ। ਉਸ ਤੋਂ ਇਲਾਵਾ ਜੇ ਗੱਲ ਕਰਾਂ ਤਾਂ ਲੱਕੀ ਕਮਾਮ ਜੀ, ਵਿਨੀਤ ਜੀ, ਕਾਜਲ ਵਰਮਾ ਜੀ ਔਰ ਮੇਰੇ ਸਾਰੇ ਯਾਰਾਂ ਦੋਸਤਾਂ ਦਾ, ਸੱਜਣਾ ਮਿੱਤਰਾਂ ਦਾ ਸਹਿਯੋਗ ਰਿਹਾ, ਜਿਨ੍ਹਾਂ ਦੀ ਬਦੌਲਤ ਅੱਜ ਮੈਂ ਇਸ ਮੁਕਾਮ 'ਤੇ ਹਾਂ। ਮਿਊਜ਼ਿਕ ਲੈਬ ਸਟੂਡੀਓ ਲੁਧਿਆਣਾ, ਸੰਗੀਤਕਾਰ ਰਾਜੇਸ਼ ਰਾਜਾ। ਰਿਕਾਰਡਿੰਗ ਲਈ ਸੰਪਰਕ ਕਰੋ 99148-12-365, 99148-12-365, 99148-12-365। ਦੋਸਤੋ, ਗੱਲਾਂ ਬਹੁਤ ਸੀਗੀਆਂ ਜੋ ਹੋਰ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ, ਪਰ ਸਮਾਂ ਹੁਣ ਇਜਾਜ਼ਤ ਨਹੀਂ ਦੇ ਰਿਹਾ। ਗੁਰਮੁਖ ਜੀ, ਕੀ ਮੈਸੇਜ ਦੇਣਾ ਚਾਹੋਗੇ ਆਪਣੇ ਪਿਆਰੇ ਸਰੋਤਿਆਂ ਨੂੰ? ਜੀ, ਜਿੱਥੋਂ ਤੱਕ ਮੈਸੇਜ ਦੀ ਗੱਲ ਹੈ, ਇੱਕ ਗੀਤਕਾਰ ਜਾਂ ਇੱਕ ਗਾਇਕ ਦੇ ਤੌਰ 'ਤੇ ਮੈਂ ਆਪਣੇ ਆਪ ਨੂੰ ਇਸ ਕਾਬਲ ਨਹੀਂ ਸਮਝਦਾ ਕਿ ਮੈਂ ਕਿਸੇ ਨੂੰ ਕੋਈ ਸੰਦੇਸ਼ ਦੇ ਸਕਾਂ, ਲੇਕਿਨ ਹਾਂ, ਇੱਕ ਟੀਚਰ ਦੇ ਨਾਤੇ ਮੈਂ ਬੇਨਤੀ ਸਭ ਨੂੰ ਜ਼ਰੂਰ ਕਰਦਾ ਕਿ ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰੋ, ਆਦਰ ਕਰੋ, ਉਹਨਾਂ ਦੀ ਇੱਜ਼ਤ ਕਰੋ ਔਰ ਜਿੱਥੋਂ ਤੱਕ ਹੋ ਸਕੇ ਉਹਨਾਂ ਨੂੰ ਵੱਧ ਤੋਂ ਵੱਧ ਸਮਾਂ ਜ਼ਰੂਰ ਦਿਓ। ਟੀਚਰ ਉਹਨਾਂ ਲਿਖਦੇ ਹੋ, ਤੁਸੀਂ ਆਪ ਹੀ ਗਾਉਂਦੇ ਹੋ, ਛੇਤੀ ਵਿਆਹ ਕਰਵਾ ਲਓ, ਇੰਨੀ ਦੇਰ ਕਿਉਂ ਲਾਉਂਦੇ ਹੋ? ਕਲਾਕਾਰ ਨਾਲ ਵਿਆਹ ਕਰਵਾਉਣਾ ਮੈਂ ਸ਼ਰਮਾਉਂਦੀ ਨਾ, ਲੈ ਜਾ ਵਿਆਹ ਕੇ ਨਾਲ ਤੇਰੇ ਬਿਨ ਰਹਿਣਾ ਚਾਹੁੰਦੀ ਨਾ, ਲੈ ਜਾ ਵਿਆਹ ਕੇ ਨਾਲ ਤੇਰੇ ਬਿਨ ਰਹਿਣਾ ਚਾਹੁੰਦੀ ਨਾ। ਕਲਾਕਾਰੀ ਕਮੇ ਆ ਗਈ, ਲੱਗਦਾ ਵਿਆਹ ਹੁਣ ਹੋ ਜਾਊਗਾ, ਰੋੜਾਂ ਵਾਲਾ ਕਾਲਾ ਵਿਆਹਾਂ ਨਾਲ ਖਲੋ ਜਾਊਗਾ। ਅੱਜ ਤੋਂ ਹੀ ਮੈਂ ਤੇਰੇ ਖਿਆਲੀ ਖੋ ਜਾਊਂ, ਲੱਗਦਾ ਏ ਖੋ ਜਾਊਂ, ਲੱਗਦਾ ਏ ਖੁਸ਼ ਕੀਤਾ ਈ ਆਪਣਾ ਵਿਆਹ ਵੀ ਹੋ ਜਾਊਂ, ਲੱਗਦਾ ਏ ਲੈ ਜਾ ਵਿਆਹ ਕੇ ਨਾਲ ਤੇਰੇ ਬਿਨ ਰਹਿਣਾ ਚਾਹੁੰਦੀ ਨਾ। GS ਕਾਲਾ ਦਾ ਨਵਾਂ ਸੁਪਰਹਿੱਟ ਗੀਤ ਤੂੰ ਹੀ ਮੇਰੀ ਜ਼ਿੰਦਗੀ। ਪ੍ਰੋਗਰਾਮਾਂ ਲਈ ਸੰਪਰਕ ਕਰੋ 98-157-62-425, 98-157-62-425, 98-157-62-425। ਇਸ ਪ੍ਰੋਗਰਾਮ ਦੇ ਪ੍ਰਾਯੋਜਕ ਸੂਫੀ ਜੱਟ ਰਿਕਾਰਡਸ ਤੇ ਰਾਜੇਸ਼ ਰਾਜਾ ਦੀ ਪੇਸ਼ਕਸ਼, GS ਕਾਲਾ ਦੇ ਨਵੇਂ ਗੀਤ ਤੂੰ ਹੀ ਮੇਰੀ ਜ਼ਿੰਦਗੀ ਤੇ ਟੀਚਰ ਠੇਕੇ 'ਤੇ।